ਆਪਾਂ ਪਿੰਡਾਂ ਵਿੱਚ ਜਿਹੜੀ ਇਹ ਪੈਪ ਪਾ ਰਹੇ ਹਾਂ ਨਾ, ਆਹ ਵੇਖੋ ਇਹ ਇਹਨਾਂ ਨੇ ਜਮ੍ਹਾਂ 'ਚ ਟਾਲੀ ਦਾ ਤੁਹਾਡੀ ਨਾਲ ਟਾਇਰ ਆਉਣਾ ਹੈਗਾ। ਇਹਨਾਂ ਨੂੰ ਗਲੀਆਂ 'ਚ ਧਿਆਨ ਰੱਖੋ, ਕਿਆ ਗਲੀਆਂ 'ਚ ਇੱਕ ਆਹ ਥਾਂ 'ਤੇ ਹਰੇਕ ਥਾਂ 'ਤੇ ਇਹਨਾਂ ਦਾ ਕਹਿ ਲਓ ਜਿੱਥੇ ਤੁਹਾਡਾ ਟਾਲੀ ਦਾ ਟਾਇਰ ਆਉਣਾ ਨਾ ਉੱਥੇ ਦੇ ਟੋਏ ਬਣਾਏ ਦੇ ਆ। ਅਤੇ ਕਹਿੰਦਾ ਪਿੰਡਾਂ ਦੇ ਸਰਪੰਚਾਂ ਨੂੰ ਕਹੀ ਹੈਗਾ ਕਿ ਸਾਡੇ ਪਿੰਡ ਵਿੱਚ ਕੋਈ ਵੀ ਉਹ ਕਰਨਾ ਹੈਗਾ ਅਤੇ ਆਹ ਮਿਲਾਉਂਦੇ ਹੈਗੇ ਟਾਲੀ ਵਾਲੇ ਨਾਲ। ਕੀ ਹੋਇਆ ਬਾਈ? ਅਤੇ ਤੁਹਾਨੂੰ ਇਹਨਾਂ ਗਰੀਬ ਬੰਦਿਆਂ ਨੂੰ ਬਈ ਲੇਬਰ ਵਿੱਚ ਇਹਨਾਂ ਨੂੰ ਦੁਆਰਾ ਪੈ ਗਈ, ਤੁਸੀਂ ਦੇਖੋ ਆ ਹਜੇ ਕੋਈ ਵੱਡਾ ਇਹਨਾਂ ਨੂੰ ਨੁਕਸਾਨ ਹੋਣ ਤੋਂ ਬਚ ਗਿਆ। ਆਹ ਦੇਖੋ ਟਾਲੀ ਇੰਨੀ ਬਹਿ ਗਈ। ਇਹ ਸਰਪੰਚਾਂ ਨੂੰ, ਮੈਂਬਰਾਂ ਨੂੰ ਚਾਹੀਦਾ ਹੈਗਾ, ਪਿੰਡ ਦੀ ਪੰਚਾਇਤ ਨੂੰ ਚਾਹੀਦਾ ਹੈਗਾ ਕਿ ਇਹਦੇ 'ਤੇ ਥੋੜ੍ਹਾ ਬਹੁਤਾ ਧਿਆਨ ਦਿੱਤਾ ਜਾਵੇ। ਜਿਹੜੇ ਵੀ ਇਹ ਚਾਹੇ ਤੁਹਾਨੂੰ ਸੈਂਟਰ ਦੀ ਕਦਮ ਕਰਨ, ਕਿਉਂਕਿ ਟਰਾਲੀ ਵਗੈਰਾ ਆਉਂਦੀ ਹੈਗੀ ਹੈ ਤਾਂ ਸੌਖਾ ਹੋ ਜਾਵੇ ਇਹਨੂੰ। ਅਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਈ, ਸਾਰੇ ਪਿੰਡਾਂ ਵਾਲੇ ਵੀਰਾਂ ਤੱਕ ਪਹੁੰਚੇ, ਕਿਉਂਕਿ ਜਿਹੜਾ ਇਹ ਨੁਕਸਾਨ ਕਰ ਰਿਹਾ ਇਹਨੂੰ, ਤੁਹਾਨੂੰ ਇਹ ਆ ਵੀ ਅੱਜ ਨਹੀਂ, ਤੁਹਾਨੂੰ ਜਦੋਂ ਕਿਤੇ ਭਾਰੀ ਟਰਾਲੀ ਕੁਛ ਵੀ ਲਿਆਓਗੇ ਤੁਹਾਨੂੰ ਆਪਣੇ ਆਪ ਦੱਸੂਗੀ ਇਹ ਚੀਜ਼। ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਪਿੰਡਾਂ ਵਿੱਚ ਇਹਨਾਂ ਨੂੰ ਕਹੋ ਵੀ ਜਦੋਂ ਜਿੱਥੇ ਵੀ ਤੁਸੀਂ ਉਹ ਕਰਦੇ ਹੋ ਕੁੱਟੋ, ਕੁੱਟ ਕੇ ਪਹਿਲਾਂ ਸਾਡੇ ਨਾਂਗਾ ਸਹੀ ਕਰਕੇ ਜਾਓ।